नहीं बेटा, कल तुम्हारा रिवीजन टेस्ट है। फर्स्ट 20 मार्क्स का गूगल फॉर्म चले व्यामी वार्तक लेख व्यामी ताया ते मुड़ वेखिया पे ते विरोधी शब्द सारे आ रहे हैं नहीं फर्स्ट रूपे ठीक है। विरोधी शब्द सारे एक थर्ड टॉपिक है अनदेखी काव टुकड़ी ठीक है। कोई भी अनसीन पोएट्री का पैसेज आएगा ठीक है और ये क्वेश्चन तुम्हें 5 या 4 क्वेश्चन आएंगे ठीक है। एग्जाम दे भी दो पैरे आने तुम बेटा वार्तक दे अनदेखी काव टुकड़ी का एक ही पैरा है ते वार्तक दे दो पैरे ठीक है। आज पहला असि बेटा करांगे धनी राम चात्री की लिखी कविता विसाखी का मेला जिस तरह बेटा तुम्हें लास्ट टाइम किया सी समा कविता दे चो कविता दी कोई भी एक लाइन सतर पूरी करनी आ सकती इसे तरह विसाखी के मेले दे विचों भी किसी भी लाइन जी सतर है पूरी करनी आ सकती ठीक है। क्वेश्चन तो आने आने ते लाइन पूरी करनी आप क्वेश्चन करांगे ठीक है। पहले कविता सुनो ध्यान ना ते किसी भी वर्ड का मीनिंग आ सकता ठीक है। पहले कविता करते हैं पहला भाई वीर सिंह क्योंकि हले करवाया नहीं ना रिवीजन स्टार्ट होगी फिर उसके लिए नेक्स्ट टर्म विच पा देंगे धनी राम चात्री ठीक है। ठीक है जो धनी राम चात्री को टर्म दे विच आएगा जो हाँ भाई वीर सिंह ठीक है। आप विसाखी का मेला कि लिखी कविता धनी राम चात्री दी इस कविता दे विच कवि ने विसाखी दे मेले दी रौनक नू बयान करदे होए किया है पक गई कनका लुकाट रसिया बाकी ਕਿਹੜੀ ਫਸਲ ਪਾਕੀ ਕਣਕ ਦੀ ਲੁਕਾਟ ਰਸਿਆ ਹਰੇ ਕਿਹਦੇ ਵਿੱਚ ਰਸ ਭਰ ਜਾਂਦਾ ਹੈ ਮਿਠਾਸ ਲੁਕਾਟ ਦੇ ਵਿੱਚ ਤੇ ਲੁਕਾਟ ਕੀ ਇੱਕ ਫਲ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਲੁਕਾਟ ਕੀ ਇੱਕ ਫਲ ਹੈ ਤੇ ਕਿਹਦੇ ਵਿੱਚ ਰਸ ਭਰ ਜਾਂਦਾ ਹੈ ਲੁਕਾਟ ਦੇ ਵਿੱਚ ਬੂਰ ਪਿਆ ਅੰਬਾਂ ਨੂੰ ਕਿਹੜੇ ਫਲ ਨੂੰ ਬੂਰ ਪੈਂਦਾ ਹੈ ਅੰਬਾਂ ਨੂੰ ਕਦੋਂ ਵਿਸਾਖੀ ਦੇ ਮੇਲੇ ਦੇ ਠੀਕ ਹੈ ਤੇ ਵਿਸਾਖੀ ਦਾ ਮੇਲਾ ਕਿਹੜੇ ਦੇਸੀ ਮਹੀਨੇ ਆਉਂਦਾ ਹੈ ਵਿਸਾਖ ਦੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਵਿਸਾਖੀ ਦਾ ਮੇਲਾ ਹੈ ਕਿਹੜੇ ਦੇਸੀ ਮਹੀਨੇ ਆਉਂਦਾ ਹੈ ਵਿਸਾਖ ਦੇ ਹਰੇਕ ਇੱਕ ਇੱਕ ਵਰਡ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਹੈ ਕਿਹੜੇ ਫਲ ਨੂੰ ਬੂਰ ਪੈਂਦਾ ਹੈ ਅੰਬਾਂ ਨੂੰ ਬੂਰ ਪੈਣ ਦਾ ਕੀ ਮਤਲਬ ਹੈ ਭਾਵ ਕਿ ਅੰਬਾਂ ਦੇ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜਾਂਦੀ ਹੈ ਗੁਲਾਬ ਹੱਸਿਆ ਤੇ ਹੱਸਿਆ ਦਾ ਮੀਨਿੰਗ ਖਿੜਨਾ ਹੱਸਿਆ ਦਾ ਕੀ ਮੀਨਿੰਗ ਹੈ ਖਿੜਨਾ ਹੁਣ ਹੱਸਿਆ ਦਾ ਮੀਨਿੰਗ ਇੱਥੇ ਹੱਸਿਆ ਨਹੀਂ ਲੈਣਾ ਹੱਸਿਆ ਦਾ ਕੀ ਅਰਥ ਹੈ ਖਿੜਨਾ ਠੀਕ ਹੈ ਕਿਹੜਾ ਫੁੱਲ ਖਿੜਨਾ ਸ਼ੁਰੂ ਹੁੰਦਾ ਹੈ ਜਾਂ ਹੱਸਣਾ ਸ਼ੁਰੂ ਹੁੰਦਾ ਹੈ ਗੁਲਾਬ ਦਾ ਫੁੱਲ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬਹਾਰ ਕਿਹਨੂੰ ਕਿਹਾ ਬਸੰਤ ਨੂੰ ਬਹਾਰ ਕਿਹਨੂੰ ਕਿਹਾ ਬਸੰਤ ਨੂੰ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਭਾਵ ਕਿ ਬਾਗ ਬਗੀਚਿਆਂ ਦੇ ਵਿੱਚ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ ਜਾਂ ਬਸੰਤ ਰੁੱਤ ਦੇ ਆਉਣ ਦੇ ਨਾਲ ਬਾਗਾਂ ਦੇ ਵਿੱਚ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਬੇਰੀਆਂ ਲਿਫਾਈਆਂ ਟਹਿਣੀਆਂ ਦੇ ਭਾਰ ਨੇ ਟਹਿਣੀਆਂ ਕਿਹਦੇ ਭਾਰ ਨਾਲ ਚੁੱਕਦੀਆਂ ਹਨ ਬੇਰਾਂ ਦੇ ਠੀਕ ਹੈ ਬੇਰੀਆਂ ਕਿਹਦੇ ਭਾਰ ਨਾਲ ਚੁੱਕਦੀਆਂ ਹਨ ਟਹਿਣੀਆਂ ਦੇ ਭਾਰ ਦੇ ਨਾਲ ਚਲੋ ਬੇਰੀਆਂ ਕਿਹਦੇ ਭਾਰ ਨਾਲ ਟੁੱਕਦੀਆਂ ਹਨ ਟਹਿਣੀਆਂ ਦੇ ਜਾਂ ਟਹਿਣੀਆਂ ਕਿਹਦੇ ਭਾਰ ਨਾਲ ਹੁੰਦੀਆਂ ਹਨ ਬੇਰੀਆਂ ਦੇ ਪੁੰਗਰੀਆਂ ਵਲਾਂ ਵੇਲਾਂ ਰੁੱਖੀ ਚੜੀਆਂ ਰੁੱਖੀ ਦਾ ਕੀ ਮੀਨਿੰਗ ਹੈ ਰੁੱਖ ਰੁੱਖੀ ਦਾ ਮੀਨਿੰਗ ਹੈ ਨੀ ਰੁੱਖਾ ਰੁੱਖੀ ਦਾ ਕੀ ਮੀਨਿੰਗ ਹੈ ਰੁੱਖ ਪੇੜ ਪੌਦੇ ਪੁੰਗਰੀਆਂ ਵੇਲਾਂ ਵੇਲਾਂ ਪੁੰਗਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਭਾਵ ਕਿ ਲੰਬੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਰੁੱਖੀ ਚੜੀਆਂ ਭਾਵ ਕਿ ਰੁੱਖਾਂ ਦੇ ਉੱਪਰ ਚੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਫੁੱਲਾਂ ਹੇਠੋਂ ਫਲਾਂ ਠੀਕ ਹੈ ਫੁੱਲਾਂ ਦੇ ਨੀਚੇ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ ਫਲ ਕਿਹਦੇ ਹੇਠਾਂ ਆਉਂਦੇ ਹਨ ਫੁੱਲਾਂ ਦੇ ਹੇਠਾਂ ਹਰੇਕ ਵਰਡ ਦਾ ਮੀਨਿੰਗ ਧਿਆਨ ਨਾਲ ਫੁੱਲਾਂ ਦੇ ਹੇਠਾਂ ਕੀ ਆਉਣੇ ਸ਼ੁਰੂ ਹੋ ਜਾਂਦੇ ਹਨ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ ਸਾਈਂ ਦੀ ਨਿਗਾਹ ਸਾਈਂ ਸ਼ਬਦ ਕਿਹਨੂੰ ਕਿਹਾ ਪਰਮਾਤਮਾ ਨੂੰ ਸਾਈਂ ਕਿਹਨੂੰ ਕਿਹਾ ਪਰਮਾਤਮਾ ਨੂੰ ਇਹ ਨਿਗਾਹ ਦਾ ਮਤਲਬ ਹੈ ਨਜ਼ਰ ਨਿਗਾਹ ਮਤਲਬ ਨਜ਼ਰ ਸਾਈਂ ਦੀ ਨਿਗਾਹ ਜਗ ਤੇ ਜਗ ਮਤਲਬ ਦੁਨੀਆ ਜਗ ਦਾ ਕੀ ਮੀਨਿੰਗ ਹੈ ਦੁਨੀਆ ਦੁਨੀਆ ਜਾਂ ਸੰਸਾਰ ਸਾਈਂ ਦੀ ਨਿਗਾਹ ਜਗ ਤੇ ਸਵੱਲੀ ਏ ਸਵੱਲੀ ਮੀਨਿੰਗ ਮਿਹਰਬਾਨੀ ਵਾਲੀ ਸਵੱਲੀ ਦਾ ਮੀਨਿੰਗ ਚੰਗੀ ਵੀ ਆ ਸਕਦਾ ਹੈ ਮਿਹਰਬਾਨੀ ਵੀ ਆ ਸਕਦਾ ਹੈ ਜੇ ਦੋਨੋਂ ਆਣਗੇ ਫਿਰ ਤੁਸੀਂ ਦੋਨੋਂ ਟਿਕ ਲਗਾਣੇ ਠੀਕ ਹੈ।
साई दी निगाह जग दे सवलिए भाव की इस महीने परमात्मा दी निगाह सारी दुनिया ते मेहरबानी वाली हुंदी। इसे तरह लगता है कि परमात्मा पूरी सृष्टि ते ही पूरी कुदरत ते मेहरबान होया है। क्यों? क्योंकि इस महीने ना केवल जेडे लोग हन खुश हुंदे हैं, सगो पशु पंछी जानवर पेड़ पौधे भी खुश हुंदे हैं। ठीक है, इसलिए जिहड़ी कि कहिंदे कि जिहड़ी पूरी दुनिया दे परमात्मा दी निगाह वाली, क्योंकि पूरी दुनिया दे विच खाली इंसान ही नहीं आंदे, पेड़ पौधे पंछी दे जानवर भी आंदे हन। चल नी प्रेमीए विसाखी चलीए, ते कवि अखिलिए लैणा जी कह रहे कि अपने प्रेमियां नू, ठीक है, जिन्हां नू प्यार करता है उन्हां नू कह रहे कि चल आ असी विसाखी दा मेला देखण चलीए। ठीक है, दूरो दूरो हाओ वंजारे आए ने, दूर दूर तो कौन आए हैं? वंजारे। ठीक है, दूर दूर तो कौन आए? वंजारे आए हैं। वंजारे कि नू कहंदे सुदागर नू। ठीक है, वंजारे कौन ने? सुदागर जेड़ा सोता वेदे है। सोने सोने कुंजा ते फीते ले आए ने। वंजारे की लेके आंदे हैं? कुंजा ते फीते। वंजारे की लेके आंदे हैं? कुंजा फीते। बेटा फीते होंगे लैसा, बेटा जो कुंजा फीते दुपट्टिया साइड जो लगी कि नारी लगी होंगी ना, उन्होंने कहते हैं लैसिस। ठीक है, कुंजा के फीते दुपट्टिया लगन वाली लैस या किनारी नू कहते हैं। सोने सोने कुंजा दे फीती ले, कुंजा दे फीते होंदे दुपट्टिया ते लगन वाली लैस या किनारी। गजरिया ते मंगा दा ना कोई अंत नहीं, भाव की गजरी कहते हत्था पाने वाले कड़े। ठीक है, चूड़िया कहते उत्थे जिहड़े की है मेले दे विच गजे ते मंगा बहुत ज्यादा जी दुकाना ते लगिया हुई हैं। मंडी झूठे गहने, झूठे गहने मतलब नकली गहने आर्टिफिशियल, मंडी झूठे गहने दी लगी हुई है। मंडी का लगी है झूठे गहने दी, नकली गहने दी दुकाना सजिया हुई हैं। हट्टिया, हट्टिया शब्द का की अर्थ है दुकाना, हट्टिया का की अर्थ है दुकाना। हट्टिया हजारा हलवाइया पाइया ने, ठीक है, विसाखी के मेले दे विच हजारा लोगों ने या बहुत सारे लोगों ने मिठाई की दुकाना सजाईया हुई हैं। हट्टी हट्टी शौकीनिया, हट्टी हट्टी शौकिया की भीड़ खली है, भाव कि जिस चीज का जिसनों शौक है। ठीक है, किसी को जो नकली गहने का शौक है, किसी को पीते लैस लेने हैं, या किसी ने मिठाई का खाने का शौक है, भाव कि जिस जिसनों जिस चीज का शौक है वह उस दुकान पर खड़े हुए हैं। हट्टी हट्टी शौकिया की भीड़ खली भाव की हट्टी हट्टी मतलब दुकान दुकान। ठीक है, जिस चीज का किसी को शौक है उस चीज की दुकान पर खड़े हुए हैं। चल नी प्रेमीए विसाखी चलीए, प्रभु अपनी प्रेमिका नु या अपने प्रेमिया नु कह रहे हैं कि आप विसाखी का मेला देखा चलिए। थाई थाई खेडा ते पंगूड़े आए ने, थाई थाई मतलब हर जगह, थाई थाई का मतलब हर जगह हर थां, थाई थाई हर जगह या हर थां। थाई थाई खेडा ते पंगूड़े आए ने, कहते थां थां ते बहुत सारिया खेडा हो रही, भाव की विसाखी के मेले में। ठीक है, बहुत सारे जगह से खेडा हो रही, कितने वड्डे वड्डे पंगूड़े लगे हुए हैं। जोगिया मदारिया ने तमाशे लाए ने, तमाशे कि लाए हुए, जोगिया ने ते मदारिया ने तमाशे लगाए हुए हैं। पंजली लंगोजा काटो तुम्बा, ये सारे की हैं इंस्ट्रूमेंट हैं। ठीक है, कि ये सारे एक साज है, भी लिख लो बंजली लगोजा काटो तुम्बा की ये एक साज है, ये सारे की हैं साज इंस्ट्रूमेंट। बंजली लंगोजा काटो ते तुम्बा की हैं साज हैं, या लोक साज ही कह सकते हैं, साज या लोक साज। ठीक है, कि ये साज हैं जो कि विसाखी दे मेले दे विच वज रहे हैं। चीज विच सूरे, चीज मतलब अखाड़ा, चीज का की मतलब है अखाड़ा, जिथे पहलवान घोल करते हैं। चीज की एक थां है, एक प्लेस है जिथे जिहड़े कि पहलवान घोल करते हैं, कुश्ती का खेड़ खेड़ते हैं।
ਜੋ ਕੀ ਬੜਾ ਇਹ ਭਵਿੱਖ ਦਾ ਹਾਂ ਉਹ ਕਿਸ ਦੇ ਆ ਜਿਹੜੇ ਟੇਵੇ ਵਗੈਰਾ ਜਾਂ ਹੱਥ ਦੇਖ ਕੇ ਦੱਸਦੇ ਆ ਤੇਰਾ ਭਵਿੱਖ ਹਾਂ ਇਕੱਠਾ ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜਗ ਦਾ ਇਸ ਤਰ੍ਹਾਂ ਲੱਗਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਸਾਰੀ ਦੁਨੀਆ ਦਾ ਰੋਲਾ ਇਕੱਠਾ ਹੋਇਆ ਹੋਇਆ ਹੈ ਭਾਵ ਕਿ ਵਿਸਾਖੀ ਦੇ ਮੇਲੇ ਵਿੱਚ ਇੰਨਾ ਜ਼ਿਆਦਾ ਸ਼ੋਰ ਹੁੰਦਾ ਹੈ ਕਿ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਹੁੰਦਾ ਪਰ ਕਹਿੰਦੇ ਸ਼ੋਰ ਨਾਲ ਆਉਂਦਾ ਮੇਲੇ ਵਿੱਚ ਲੋਰ ਹੈ ਇਹ ਤੁਸੀਂ ਸਹਿਮਤ ਵਿੱਚ ਪੜ੍ਹੀ ਵੀ ਹੋਣੀ ਕਵਿਤਾ ਸ਼ੋਰ ਨਾਲ ਆਉਂਦਾ ਮੇਲੇ ਵਿੱਚ ਲੋਰ ਹੈ ਭਾਵ ਕਿ ਜੇ ਮੇਲੇ ਦੇ ਵਿੱਚ ਸ਼ੋਰ ਹੀ ਨਹੀਂ ਹੋਏਗਾ ਤਾਂ ਚੰਗਾ ਹੀ ਨਹੀਂ ਲੱਗੇਗਾ ਲੋਰ ਮਤਲਬ ਚੰਗਾ ਲੱਗਣਾ ਠੀਕ ਹੈ ਵਿਸਾਖੀ ਦੇ ਮੇਲੇ ਵਿੱਚ ਇੰਨਾ ਜ਼ਿਆਦਾ ਰੋਲਾ ਹੁੰਦਾ ਹੈ ਇੰਨਾ ਜ਼ਿਆਦਾ ਸ਼ੋਰ ਹੁੰਦਾ ਹੈ ਕਿ ਆਵਾਜ਼ ਹੀ ਨਹੀਂ ਸੁਣਾਈ ਦਿੰਦੀ ਏਦਾਂ ਬੈਠੇ ਪਿੱਛੇ ਤਾਂ ਆਏ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਮੋਢੇ ਦੇ ਨਾਲ ਮੋਢਾ ਵੱਜਦਾ ਹੈ ਕੋਹਾਂ ਵਿੱਚ ਮੇਲੇ ਨੇ ਕੋਹਾਂ ਮਤਲਬ ਦੂਰ ਦੂਰ ਤੱਕ ਇਹ ਲਿਖੋ ਮੇਲਾ ਕਿੱਥੇ ਤੱਕ ਫੈਲਿਆ ਹੋਇਆ ਹੈ ਕੋਹਾਂ ਤੱਕ ਮੇਲਾ ਕਿੱਥੇ ਤੱਕ ਫੈਲਿਆ ਹੋਇਆ ਹੈ ਕੋਹਾਂ ਤੱਕ ਮੇਲਾ ਕੋਹਾਂ ਤੱਕ ਭਾਵ ਕਿ ਮੇਲਾ ਦੂਰ ਤੱਕ ਫੈਲਿਆ ਹੋਇਆ ਹੈ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ ਭਾਵ ਕਿ ਆਪਣੇ ਪ੍ਰੇਮੀਆਂ ਨੂੰ ਜਾਂ ਪ੍ਰੇਮਿਕਾ ਨੂੰ ਕਹਿ ਰਿਹਾ ਹੈ ਕਿ ਆ ਆਪਾਂ ਵਿਸਾਖੀ ਦਾ ਮੇਲਾ ਦੇਖਣ ਚੱਲੀਏ ਕਲੀਅਰ ਬੇਟਾ ਸਭ ਨੂੰ ਵਿਸਾਖੀ ਦਾ ਮੇਲਾ ਹੁਣ ਮੈਂ ਤੁਹਾਨੂੰ ਲਾਈਨਾਂ ਬੋਲ ਕੇ ਤੁਸੀਂ 17 ਪੂਰੀਆਂ ਕਰਨੀਆਂ ਠੀਕ ਹੈ ਫਿਰ ਕੁਐਸਚਨਸ ਕਰਾਂਗੇ ਦੂਰ ਦੂਰ ਥਾਂ ਡੈਸ਼ ਆਏ ਨੇ ਦੂਰ 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 ਥਾਂ ਡੈਸ਼ ਆਏ ਨੇ ਹਾਂ ਵਣਜਾਰੇ ਆਏ ਨੇ ਠੀਕ ਹੈ ਦੂਰ ਦੂਰ ਡੈਸ਼ ਆਏ ਨੇ ਵਣਜਾਰੇ ਆਏ ਹਨ ਆਪਸ਼ਨ ਵੀ ਆ ਸਕਦਾ ਹੈ ਵਣਜਾਰੇ ਆਏ ਨੇ ਹਲਵਾਈ ਆਏ ਨੇ ਠੀਕ ਹੈ ਦੁਕਾਨਦਾਰ ਆਏ ਨੇ ਨੈਕਸਟ ਹੈ ਲਿਖੋ ਪੱਕ ਗਈਆਂ ਡੈਸ਼ ਡੈਸ਼ ਰਸਤਿਆ ਪੱਕ ਗਈਆਂ ਡੈਸ਼ ਡੈਸ਼ ਰਸਤਿਆ ਸੱਤਰ ਪੂਰੀ ਕੱਢੀ ਹੈ ਕਣਕ ਦੀ ਫਸਲ ਪੱਕ ਗਈ ਦੀ ਪੱਕ ਗਈ ਡੈਸ਼ ਡੈਸ਼ ਰਸਤਿਆ ਹਾਂ ਪੱਕ ਗਈਆਂ ਕਣਕਾਂ ਉੱਥੇ ਕਣਕਾਂ ਵਰਡ ਆਣਾ ਉੱਥੇ ਲੁਖਾੜ ਵਰਡ ਆਣਾ ਸ਼ਬਦ ਆਣਾ ਠੀਕ ਹੈ ਵਰਡ ਆਣਾ ਪੱਕ ਗਈਆਂ ਡੈਸ਼ ਡੈਸ਼ ਰਸਿਆ ਪੱਕ ਗਈਆਂ ਕਣਕਾਂ ਲੁਕਾੜ ਰਸਿਆ ਨੈਕਸਟ ਡੈਸ਼ ਦੀ ਨਿਗਾਹ ਡੈਸ਼ ਤੇ ਸਵੱਲੀਏ ਡੈਸ਼ ਦੀ ਨਿਗਾਹ ਹਾਂ ਸਾਈ ਦੀ ਨਿਗਾਹ ਡੈਸ਼ ਤੇ ਸਵੱਲੀਏ ਪੂਰੇ ਜਗ ਤੇ ਨੀ ਕੱਲਾ ਜਗ ਤੇ ਠੀਕ ਹੈ ਸਾਈ ਦੀ ਨਿਗਾਹ ਡੈਸ਼ ਤੇ ਸਵੱਲੀਏ ਪਹਿਲਾ ਸਾਈ ਆਣਾ ਦੂਸਰਾ ਜਗ ਆਣਾ ਨੈਕਸਟ ਹੈ ਹਾਂ ਮੰਡੀ ਡੈਸ਼ ਦੀ ਲੱਗੀ ਹੋਈ ਹੈ ਮੰਡੀ ਡੈਸ਼ ਦੀ ਲੱਗੀ ਹੋਈ ਹੈ ਹਾਂ ਝੂਠੇ ਗਹਿਣਿਆਂ ਦੀ ਹਾਂ ਮੰਡੀ ਡੈਸ਼ ਦੀ ਲੱਗੀ ਹੋਈ ਹੈ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ ਨੈਕਸਟ ਹੈ ਡੈਸ਼ ਵਿੱਚ ਮੇਲੇ ਨੇ ਜ਼ਮੀਨ ਮੱਲੀ ਹੈ ਡੈਸ਼ ਵਿੱਚ ਮੇਲੇ ਨੇ ਜ਼ਮੀਨ ਮੱਲੀ ਹੈ ਆਪਸ਼ਨ ਲਿਖ ਲਓ ਦੂਰ ਭੀੜ ਛਿੰਝ ਕੋਹਾਂ ਕੋਹਾਂ ਠੀਕ ਹੈ ਡੈਸ਼ ਵਿੱਚ ਮੇਲੇ ਤੇ ਜ਼ਮੀਨ ਮੱਲੀ ਹੈ ਕੋਹਾਂ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਹੈ ਹਾਂ ਜੇ ਉੱਥੇ ਪੇਪਰ ਚ ਕੋਹਾਂ ਵਰਡ ਆਏਗਾ ਤਾਂ ਫਿਰ ਤੁਸੀਂ ਕੋਹਾਂ ਹੀ ਲਿਖਣਾ ਦੂਰ ਵਰਡ ਨਹੀਂ ਲਿਖਣਾ ਠੀਕ ਹੈ ਬਹੁਤ ਦੂਰ ਦੂਰ ਤੱਕ ਨੈਕਸਟ ਹੈ ਡੈਸ਼ ਸੁਗਾਤਾ ਡੈਸ਼ ਸੁਗਾਤਾ ਨਾਲੇ ਹੋਰ ਆਈਆਂ ਨੇ ਡੈਸ਼ ਸੁਗਾਤਾ ਨਾਲੇ ਹੋਰ ਆਈਆਂ ਨੇ ਹਜ਼ਾਰਾਂ ਕਈ ਹਜ਼ਾਰਾਂ ਕਈ ਸੈਂਕੜੇ ਕੋਈ ਵੀ ਨਹੀਂ ਐਨੀ ਅਦਰ ਸਟੂਡੈਂਟ ਗਰਲਸ ਡੈਸ਼ ਸੁਗਾਤਾ ਨਾਲੇ ਹੋਰ ਆਈਆਂ ਨੇ ਸੈਂਕੜੇ ਸੁਗਾਤਾ ਸੈਂਕੜੇ ਸੁਗਾਤਾ ਨਾਲੇ ਹੋਰ ਆਈਆਂ ਨੇ ਠੀਕ ਹੈ ਸੈਂਕੜੇ ਵਰਡ ਆਣਾ
नेक्स्ट है वंजली लंगोजा डैश वजदे, वंजली लंगोजा डैश वजदे, इधर दिखा ऑप्शन बोल दिया, वंजली लंगोजा डैश वजदे, बंसरी बंसरी काटो तुम्बा कोई नहीं काटो, ठीक है वंजली लंगोजा काटो दे नाल तुम्बा भी है, वंजली लंगोजा काटो तुम्बा वजदे, ठीक है वंजली लंगोजा काटो तुम्बा वजदे। नेक्स्ट क्वेश्चन सुना बेटा, विसाखी दा मेला कविता विद कवि ने केड़े महीने की गल की है, विसाख वन बाय वन, विसाख महीने की सेकंड है, छिंज विच कौन गज रहे हैं पहलवान, इधरों विसाखी दा मेला कविता अनुसार तमाशे किन्होंने लाए हुए हैं, जोगिया ने मदारिया ने पहलवाना ने ऊड़ा जाड़ा दोनों, करेक्ट आंसर बोलो बेटा, हाँ जोगिया ते मदारिया ने। नेक्स्ट है पूंजा गजरे झूठे गहने फीते मेले विच कौन बेच रहे हैं, वंजारे व्यापारी दुकानदार कोई नहीं, जस करन बोल बेटा, पूंजा गजरे झूठे गहने फीते ये सारिया चीजा मेले च कौन बेच रहे हैं, व्यापारी बेच रहे है वंजारे दुकानदार दा कोई नहीं, कौन बेच रहे है हाँ वंजारे। नेक्स्ट है विसाखी दा मेला कितों तक फैलिया होया है, शर्म किलोमीटर तक मीला तक दूर तक कोहा तक, नेक्स्ट है विसाखी दे मेले विच केड़ा फल जेड़ा की केड़ा फूल हसया है, गेंदा चमेली सदाबहार या गुलाब, गुलाब दा केड़ा फूल हसया है गुलाब दा। नेक्स्ट है विसाखी दे मेले विच केड़े फल नू बूर पैंदा है, आम नू, ठीक है अंबा नू बूर पैंदा है। नेक्स्ट है विसाखी दा मेला दे अनुसार सारी दुनिया ते या सारी जग ते किदी निगाह सवली है, साई दी या परमात्मा दी। नेक्स्ट है विसाखी दा मेला कविता अनुसार शुकीना दी पीड़ कित्थे खड़ी हुई है, हट्टी हट्टी दे, विसाखी लिख लो क्वेश्चन, विसाखी दा मेला कविता अनुसार शौकीना दी भीड़ किथे इकट्ठी होई हुई है, हट्टी हट्टी उत्ते, किथे किथे खड़ी हुई है हट्टी हट्टी उत्ते। हट्टी हट्टी उत्ते जिहड़ा की है भीड़ इकट्ठी होई हुई है। नेक्स्ट है विसाखी दे मेले की केड़ी फसल पक के तैयार हो जाती है, कणक दी, करवा देते बेटो, गुरपाल क्वेश्चन लिखना स्टार्ट कर। सही विरोधी जोड़ा चुनो, मैं सुने नहीं मैं लिख रही है तुसे भी लिखो।
हाँ हाँ पर उतने क्वेश्चन जो लिखना उजला साफ मैं सुनती हूँ लिख रही क्वेश्चन लिख रही है ले मैं क्वेश्चन लिख रही हूँ तो लिखो बेटा नोटबुक कैसे ले आ जा ऑप्शन कोई नहीं है क्योंकि तीन ऑप्शन की समान आता भले है नेक्स्ट गर्ल्स सेकंड क्वेश्चन स्टार्ट दिया खारा शब्द का सही विरोधी खारा दा मीठा सी ने पता चल गया बेटा हाँ बेटा हाँ खारा का की है नेक्स्ट ऑप्शन मीठा ठीक है क्योंकि खारा का नमकीन होता है खारा मतलब नमकीन है ठीक है नेक्स्ट कपड़ा गुड़े रखता है डैश हाँ तू बोल एक सेकेंड हाँ यस बेटा हाँ बेटा हाँ ठीक है कपड़ा गुड़े रखता है डैश नहीं फिक्के रखता नहीं ठीक है क्लियर बेटा नेक्स्ट क्वेश्चन लिखो क्लियर है बेटा ऑनलाइन स्टूडेंट नेक्स्ट क्वेश्चन लिखो वखरा करो डैश नहीं काम साझा नहीं ठीक है